ਇਨਸਾਨ ਸ਼ੁਰੂ ਤੋਂ ਹੀ ਕਦੇ ਗਿਆਨ ਦੀ ਅਤੇ ਕਦੇ ਰੁਜ਼ਗਾਰ ਦੀ ਭਾਲ ਵਿੱਚ ਪ੍ਰਵਾਸ ਕਰਦਾ ਰਿਹਾ ਹੈ। ਅੱਜ ਦੇ ਦੌਰ ਵਿੱਚ ਵੀ ਲਗਾਤਾਰ ਪੰਜਾਬੀ ਪ੍ਰਵਾਸ ਕਰ ਰਹੇ ਹਨ। ਜਦੋਂ ਵੀ ਇੱਕ ਇਨਸਾਨ ਕਿਸੇ ਨਵੇਂ ਮੁਲਕ ਨਵੇਂ ਸ਼ਹਿਰ ਵਿੱਚ ਜਾਂਦਾ ਹੈ ਤਾਂ ਉੱਥੋਂ ਦੇ ਰਹਿਣ ਸਹਿਣ ਬਾਰੇ, ਉੱਥੋਂ ਦੀ ਸਹੂਲਤਾਂ ਬਾਰੇ ਉਸਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ। ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਅਸੀਂ ਦੁਨੀਆ ਦੇ ਕੁਛ ਕੁ ਸ਼ਹਿਰਾਂ ਦੇਸ਼ਾਂ ਬਾਰੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਈਏ। ਸੋ ਇਹ ਸਾਡੀ ਕੋਸ਼ਿਸ਼ ਦੀ ਸ਼ੁਰੂਆਤ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਏਗੀ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੀ। ਜੇਕਰ ਕੋਈ ਵੀ ਪੰਜਾਬੀ ਵਿਨੀਪੈਗ ਦੇ ਵਿੱਚ ਵਸੇਬਾ ਕਰਨ ਜਾ ਰਿਹਾ ਹੈ ਤਾਂ ਇਹ ਕੁਝ ਕੁ ਗੱਲਾਂ ਬਹੁਤ ਹੀ ਸਹਾਈ ਹੋਣਗੀਆਂ। ਸੋ ਆਓ ਗੱਲ ਕਰਦੇ ਹਾਂ ਵਿਨੀਪੈਗ ਵਾਸੀ। ਸੁਣਨ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਆਪਣੇ ਸ਼ਹਿਰ ਵਿਨੀਪੈਗ ਬਾਰੇ ਕੁਝ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰਨ ਜਾ ਰਿਹਾ ਕਿ ਜਦੋਂ ਤੁਸੀਂ ਨਵੇਂ ਆਉਂਦੇ ਹੋ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਤੁਹਾਡੇ ਅੱਗੇ ਜਾ ਕੇ ਕੰਮ ਆ ਸਕਦੀਆਂ। ਵਿਨੀਪੈਗ ਮੈਨੀਟੋਬਾ ਦੀ ਰਾਜਧਾਨੀ ਹੈ ਜਿਹੜਾ 464 ਸਕੁਏਅਰ ਕਿਲੋਮੀਟਰ ਵਿੱਚ ਵਸਿਆ, 7.5 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ। ਸਰਦੀਆਂ ਦੇ ਵਿੱਚ ਇੱਥੇ ਮੌਸਮ ਚਲੇ ਜਾਂਦਾ ਜੀ -35 -40 ਅਤੇ ਗਰਮੀਆਂ ਦੇ ਵਿੱਚ +20, +25, +30 ਤੱਕ ਵੀ ਆ ਜਾਂਦਾ। ਕਿ ਜੇਕਰ ਤਾਂ ਤੁਸੀਂ ਇੱਥੇ ਨਵੇਂ ਆਉਂਦੇ ਹੋ, ਤੁਹਾਡੀ ਕੋਈ ਜਾਣ ਪਛਾਣ ਵਾਲਾ ਹੈਗਾ ਫਿਰ ਤਾਂ ਵੈਲ ਐਂਡ ਗੁੱਡ ਹੈ। ਜੇਕਰ ਕੋਈ ਜਾਣ ਪਛਾਣ ਵਾਲਾ ਨਹੀਂ ਹੈਗਾ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਸਭ ਤੋਂ ਪਹਿਲਾਂ ਜਦੋਂ ਇੱਥੋਂ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਤੋਂ ਬਾਹਰ ਆਉਂਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਦੋ ਸਵਾਲ ਆਉਂਦੇ ਕਿ ਇੱਕ ਜਾਣਾ ਕਿੱਥੇ ਹੈ ਅਤੇ ਦੂਜਾ ਕਿਵੇਂ ਜਾਣਾ। ਬਾਹਰ ਨਿਕਲਦਿਆਂ ਟੈਕਸੀ ਵੀ ਮਿਲ ਜਾਏਗੀ, ਬੱਸ ਵੀ ਮਿਲ ਜਾਏਗੀ, ਟ੍ਰੈਮ ਟ੍ਰੇਨ ਜਾਂ ਮੈਟਰੋ ਨਹੀਂ ਹੋਗੀ ਹੈਗੀ। ਟੈਕਸੀ ਬੱਸ ਦੇ ਲਈ ਜੇਕਰ ਤੁਸੀਂ ਬੱਸ 'ਚ ਜਾਣ ਦਾ ਵਿਚਾਰ ਬਣਾਇਆ ਤਾਂ ਬੱਸ ਦੇ ਲਈ ਵੈਬਸਾਈਟ ਨੋਟ ਕਰ ਲਓ, winnipegtransit.ca ਵੈਬਸਾਈਟ 'ਤੇ ਜਾਓ। ਉੱਥੇ ਜਾ ਕੇ ਟ੍ਰਿਪ ਐਡਵਾਈਜ਼ਰ 'ਚ ਜਾ ਕੇ ਤੁਸੀਂ ਏਅਰਪੋਰਟ ਦਾ ਐਡਰੈਸ ਭਰਨਾ ਅਤੇ ਜਿੱਥੇ ਜਾਣਾ ਉੱਥੋਂ ਦਾ ਐਡਰੈਸ ਭਰਨਾ। ਉਹ ਤੁਹਾਨੂੰ ਦੱਸ ਦੇਗਾ ਕਿ ਫਿਰ ਕਿੱਥੋਂ ਬੱਸ ਫੜਨੀ ਹੈ, ਕਿੱਥੇ ਲਾਏਗੀ, ਕਿੰਨੇ ਟਾਈਮ 'ਤੇ ਮਿਲੇਗੀ, ਕਿਹੜੇ ਸਟੋਪ ਤੋਂ ਮਿਲੇਗੀ। ਜੇਕਰ ਤੁਹਾਡੇ ਕੋਲ ਇੰਟਰਨੈਟ ਨਹੀਂ ਹੈਗਾ ਤਾਂ ਹੈਲਪ ਡੈਸਕ 'ਤੇ ਚਲੇ ਜਾਓ, ਹੈਲਪ ਡੈਸਕ ਵਾਲੇ ਤੁਹਾਡੀ ਮਦਦ ਕਰ ਦੂਗੇ। ਜੇਕਰ ਤੁਸੀਂ ਟੈਕਸੀ 'ਤੇ ਜਾਣਾ, ਕਿਉਂਕਿ ਮੈਂ ਬੱਸ ਦੀ ਸਲਾਹ ਨਹੀਂ ਦਿੰਦਾ ਕਿਉਂਕਿ ਨਵੇਂ ਆਉਂਦੇ ਆ, ਤੁਹਾਡੇ ਕੋਲ ਸਮਾਨ ਵੀ ਕਾਫੀ ਹੁੰਦਾ, ਐਵੇਂ ਮੁਸ਼ਕਲ ਹੁੰਦੀ ਹੈ। ਹਾਂ, ਟੈਕਸੀ ਮੈਂ ਪ੍ਰੈਫਰ ਕਰਦਾ। ਟੈਕਸੀਆਂ ਇੱਥੇ ਆਪਣੇ 3-4 ਹੈਗੀਆਂ ਟੈਕਸੀਆਂ ਕੰਪਨੀਆਂ, ਉਹਨਾਂ ਦੇ ਨੰਬਰ ਨੋਟ ਕਰ ਲਓ। ਇੱਕ ਯੂਨੀਵਰਸਿਟੀ ਆ, ਉਹਦੇ ਲਈ ਹੈਗਾ ਜੀ 204-925-3131, 204-925-3131। ਡਾਫੀ ਟੈਕਸੀ ਹੈ 204-925-0101, 204-925-0101। ਫਿਰ ਸਪਰਿੰਗ ਟੈਕਸੀ ਹੈਗੀ ਹੈ, ਉਹਦੇ ਲਈ ਇਹ ਨੰਬਰ ਹੈਗਾ 204-774-8294, 204-774-8294। ਵੈਸੇ ਇੱਕ ਘਰੋਂ ਥੋੜ੍ਹਾ ਸਰਚ ਕਰਕੇ ਆਊਂ, ਹੋਮਵਰਕ ਕਰਕੇ ਆਊਂ ਕਿ ਸਸਤੇ ਹੋਟਲ ਲੱਭ ਕੇ ਆਊਂ ਕਿ ਕਿਹੜੇ ਕਿਹੜੇ ਸਸਤੇ ਹੋਟਲ ਆ, ਤਾਂ ਤੁਹਾਨੂੰ ਪਤਾ ਹੋਵੇਗਾ ਕਿੱਥੇ ਜਾਣਾ। ਟੈਕਸੀ ਵਾਲੇ ਨੂੰ ਕਹੋ ਤੁਹਾਨੂੰ ਸਿੱਧਾ ਉੱਥੇ ਲੈ ਜਾਊਗਾ। ਜੇਕਰ ਨਹੀਂ ਤਾਂ ਫਿਰ ਵੀ ਟੈਕਸੀ ਤਾਂ ਤੁਸੀਂ ਕਾਲ ਕੀਤੀ, ਉਹਨੂੰ ਕਹੋ ਮੈਂ ਸਸਤੇ 'ਚ ਹੋਟਲ 'ਚ ਲੈ ਜਾ, ਉੱਥੇ ਹੋਟਲ 'ਚ ਰਹੋ, ਇੱਕ ਰਾਤ ਦੋ ਰਾਤ ਰਹਿਣਾ ਜਿੰਨਾ ਮਿਸ਼ਰ। ਉੱਥੇ ਜਾ ਕੇ ਨਹਾ ਧੋ ਕੇ ਫਰੈਸ਼ ਹੋ ਕੇ ਤੁਸੀਂ ਇੰਟਰਨੈਟ ਲੱਭੋ, ਇੰਟਰਨੈਟ ਰਿਸੈਪਸ਼ਨ 'ਤੇ ਮਿਲ ਜਾਏਗਾ, ਨਹੀਂ ਹੈਗਾ ਤਾਂ। ਵੈਸੇ ਫ੍ਰੀ ਵਾਈਫਾਈ ਬਹੁਤ ਮਿਲ ਜਾਂਦੀਆਂ ਡਾਊਨ ਟਾਊਨ ਵਗੈਰਾ ਏਰੀਆ 'ਚ ਜੇਕਰ ਤੁਸੀਂ ਜਾਂਦੇ ਹੋ ਤਾਂ। ਉੱਥੇ ਜਾ ਕੇ ਫਿਰ ਤੁਸੀਂ ਇੱਕ ਵੈਬਸਾਈਟ ਨੋਟ ਕਰੋ, kijee.ca kijee.ca। ਉਸ ਵੈਬਸਾਈਟ 'ਤੇ ਜਾ ਕੇ ਫਿਰ ਤੁਸੀਂ ਜੇਕਰ ਅਪਾਰਟਮੈਂਟ ਲੱਭਣਾ, ਅਪਾਰਟਮੈਂਟ ਸਰਚ ਕਰ ਲਓ। ਜੇਕਰ ਘਰ ਲੱਭਣਾ, ਬੇਸਮੈਂਟ ਲੱਭਣੀ, ਬੇਸਮੈਂਟ ਲਈ ਸਰਚ ਕਰ ਲਓ, ਬੇਸਮੈਂਟ ਫੋਰ ਰੈਂਟ। ਅਪਾਰਟਮੈਂਟ ਵੈਸੇ ਕੀ ਪ੍ਰੋਬਲਮ ਆਉਂਦੀ ਹੈ ਕਿ ਨਵੇਂ ਬੰਦੇ ਨੂੰ ਛੇਤੀ ਮਿਲਦਾ ਨਹੀਂ, ਰੈਫਰ ਕਰਨਾ ਪੈਂਦਾ ਕਿਸੇ ਨਾ ਕਿਸੇ ਬੰਦੇ ਨੂੰ, ਤੁਹਾਡਾ ਰੈਫਰੈਂਸ ਕੋਈ ਹੁੰਦਾ ਨਹੀਂ, ਇਸ ਕਰਕੇ ਉਹ ਔਖਾ ਮਿਲਦਾ। ਮੇਰੇ ਖਿਆਲ ਨਾ ਮਿਲਣ ਵਾਲੀ ਗੱਲ ਹੀ ਆ। ਬੈਟਰ ਆ ਕਿ ਤੁਸੀਂ ਬੇਸਮੈਂਟ ਫੋਰ ਰੈਂਟ ਸਰਚ ਕਰੋ। ਆਪਣੇ ਲੋਕਾਂ ਨੇ ਬਹੁਤ ਬੇਸਮੈਂਟ ਪਾਏ ਹੁੰਦੇ ਆ, ਬੇਸਮੈਂਟ ਮਿਲ ਜਾਏਗੀ, ਤੁਹਾਡੀ ਇਨੀਸ਼ੀਅਲ ਸੈਟਿੰਗ ਹੋ ਜਾਊਗੀ। ਤੁਸੀਂ ਉੱਥੇ ਜਾ ਕੇ ਫਿਰ ਉਹ ਤੋਂ ਬਾਅਦ ਦੇ ਵਿੱਚ ਜਿੱਦਾਂ ਜਿੱਦਾਂ ਸੈਟਿੰਗ ਹੁੰਦੀ ਫਿਰ ਤੁਸੀਂ ਬਾਅਦ ਦੇ ਵਿੱਚ ਸੈਟਿੰਗ ਕਰਨ ਤੋਂ ਬਾਅਦ ਦੇ ਵਿੱਚ ਘਰ ਲੱਭਣਾ ਜਾਂ ਕੁਝ ਵੀ ਅਪਾਰਟਮੈਂਟ ਲੱਭਣਾ, ਉਹ ਤਾਂ ਤੁਹਾਡੀ ਬਾਅਦ ਦੀ ਗੱਲ ਹੈ ਨਾ।
ਪਹਿਲਾਂ ਇਹ ਇਨੀਸ਼ੀਅਲ ਸੈਟਿੰਗ ਹੋ ਜਾਏਗੀ ਤੁਹਾਡੀ ਇਸ ਤਰ੍ਹਾਂ। ਜਦੋਂ ਅਕੋਮੋਡੇਸ਼ਨ ਅਰੇਂਜ ਹੋ ਗਈ ਤਾਂ ਉਸ ਤੋਂ ਬਾਅਦ 'ਚ ਦੂਜਾ ਕੰਮ ਜਿਹੜਾ ਬਹੁਤ ਜ਼ਰੂਰੀ ਹੈ ਉਹ ਹੈ ਕਿ ਮੈਨੀਟੋਬਾ ਸਟਾਰਟ ਦੀਆਂ ਕਲਾਸਾਂ ਹੁੰਦੀਆਂ। ਮੈਨੀਟੋਬਾ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਮੈਨੀਟੋਬਾ ਸਟਾਰਟ। ਜੇਕਰ ਤੁਸੀਂ ਨਵੇਂ ਆਏ ਹੋ ਤਾਂ ਤੁਹਾਨੂੰ ਕਿੱਦਾਂ ਸੈਟਿੰਗ ਕਰਨੀ ਇੱਥੇ ਹੈ ਨਾ ਉਹਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਤੁਸੀਂ ਜੇਕਰ ਨਵੇਂ ਆਏ ਹੋ ਤਾਂ ਹੈਲਥ ਕਾਰਡ ਕਿੱਦਾਂ ਬਣਾਉਣਾ, ਸਿਨ ਕਾਰਡ ਕਿੱਥੋਂ ਅਪਲਾਈ ਕਰਨਾ, ਫੈਮਿਲੀ ਡਾਕਟਰ ਕਿਵੇਂ ਲੱਭਣਾ, ਰੈਜੂਮੇ ਕਿੱਦਾਂ ਬਣਾਉਣਾ, ਬੈਨੀਫਿਟਸ ਕਿੱਦਾਂ ਬੱਚਿਆਂ ਦੇ ਅਪਲਾਈ ਕਰਨੇ ਆ, ਰੈਜੂਮੇ ਕਿੱਦਾਂ ਬਣਾਉਣਾ ਅਤੇ ਰੈਫਰੈਂਸ, ਕਿਉਂਕਿ ਜਦੋਂ ਤੁਸੀਂ ਜੋਬ ਲੈਣੀ ਹੁੰਦੀ ਹੈ ਨਵੀਂ ਤਾਂ ਰੈਫਰੈਂਸ ਬਹੁਤ ਜ਼ਰੂਰੀ ਹੈ, ਤੁਹਾਨੂੰ ਆਪਣਾ ਰੈਫਰੈਂਸ ਵੀ ਦਿੰਦੇ ਨੇ। ਉਹਨਾਂ ਦਾ ਨੰਬਰ ਨੋਟ ਕਰ ਲਓ ਜੀ 204-944-8833 204-944-8833। ਐਡਰੈਸ ਹੈਗਾ 271 ਪੋਰਟੇਜ ਐਵੀਨਿਊ। ਜ਼ਿਆਦਾ ਜਾਣਕਾਰੀ ਲੈਣੀ ਤਾਂ ਉਹਨਾਂ ਦੀ ਵੈਬਸਾਈਟ ਹੈਗੀ ਹੈ manitobastart.com। ਯਕੀਨ ਮੰਨਿਓ ਬਹੁਤ ਵਧੀਆ, ਬਹੁਤ ਜਾਣਕਾਰੀ ਕੰਮ ਦੀ ਹੁੰਦੀ ਹੈ ਜਿਹੜੀ ਬਾਅਦ, ਕਿਉਂਕਿ ਨਵੇਂ ਕਈ ਵਾਰ ਲੋਕ ਕਹਿੰਦੇ ਕਿ ਕੋਈ ਖਾਸ ਐਵੇਂ ਫਾਲਤੂ ਆ, ਜਾਣ ਦੀ ਲੋੜ ਨਹੀਂ, ਐਵੇਂ ਟਾਈਮ ਖਰਾਬ ਕਰਨਾ, ਪਰ ਵਧੀਆ ਚੀਜ਼ ਹੈ, ਜਾਓ ਜ਼ਰੂਰ ਉੱਥੇ। ਬਹੁਤ ਨਵੇਂ ਨਵੇਂ ਰੈਫਰੈਂਸ ਮਿਲਦੇ ਆ, ਬਹੁਤ ਜਾਣਕਾਰੀ ਮਿਲਦੀ ਜਿਹੜੀ ਇਨੀਸ਼ੀਅਲ ਤੌਰ 'ਤੇ ਤੁਹਾਨੂੰ ਬਹੁਤ ਹੀ ਜ਼ਰੂਰੀ ਹੁੰਦੀ ਹੈ। ਵੈਸੇ ਮੈਂ ਦੱਸ ਦਿੰਦਾ ਕਿ ਹੈਲਥ ਕਾਰਡ ਬਣਾਉਣ ਦੇ ਲਈ ਐਡਰੈਸ ਹੈਗਾ 300 ਕਾਰਲਟਨ ਸਟਰੀਟ, 300 Carlton ਸਟਰੀਟ, ਕਾਰਲਟਨ ਸਟਰੀਟ। ਉੱਥੇ ਚਲੇ ਜਾਓ, ਜਾ ਕੇ 5-10 ਮਿੰਟ ਦਾ ਟਾਈਮ ਲੱਗਦਾ, ਤੁਹਾਨੂੰ ਹੈਲਥ ਕਾਰਡ ਅਪਲਾਈ ਹੋ ਜਾਂਦਾ ਤੁਹਾਡਾ, ਉੱਥੇ ਨਾਲ ਹੀ ਦੇ ਦਿੰਦੇ ਹੋ। ਅਤੇ ਸਿਨ ਕਾਰਡ ਅਪਲਾਈ ਕਰਨ ਦੇ ਲਈ ਆਪਣੇ ਲਾਗੇ ਦਾ ਕੋਈ ਵੀ ਸਰਵਿਸ ਕੈਨੇਡਾ ਦਾ ਆਫਿਸ ਸਰਚ ਕਰ ਲਓ ਉਹ, ਅਤੇ ਤੁਹਾਨੂੰ ਇੱਥੇ ਦੋਨਾਂ ਜਗ੍ਹਾ 'ਤੇ ਜਾ ਕੇ ਅਪੁਆਇੰਟਮੈਂਟ ਬੁੱਕ ਕਰਾਉਣ ਦੀ ਪਹਿਲਾਂ ਲੋੜ ਨਹੀਂ, ਜਾਓ ਸਿੱਧੇ ਅਤੇ ਤੁਹਾਡਾ ਕੰਮ ਹੋ ਜਾਏਗਾ। ਸਰਵਿਸ ਕੈਨੇਡਾ ਦੇ ਆਫਿਸ ਦੇ ਵਿੱਚ ਤੁਸੀਂ ਫ੍ਰੀ ਇੰਟਰਨੈਟ ਵੀ ਯੂਜ ਕਰ ਸਕਦੇ ਹੋ, ਪ੍ਰਿੰਟ ਵੀ ਕਰ ਸਕਦੇ ਹੋ ਰੈਜੂਮੇ ਵਗੈਰਾ ਆਪਣੇ। ਫਿਰ ਇੱਥੇ ਇੱਕ ਰਿਕਰੂਟਮੈਂਟ ਏਜੰਸੀ ਵੀ ਹੈਗੀ ਹੈ ਪਿਨੈਕ, ਉੱਥੇ ਤੁਸੀਂ ਜਾਓਗੇ ਤੁਹਾਨੂੰ ਜੋਬ ਲੱਭਣ ਦੇ ਵਿੱਚ ਮਦਦ ਕਰ ਦਿੰਦੇ, ਕਾਫੀ ਵਧੀਆ ਹੈ। ਜੇਕਰ ਤੁਸੀਂ ਮੈਨੀਟੋਬਾ ਸਟਾਰਟ ਥਰੂ ਜਾਂਦੇ ਹੋ ਫਿਰ ਤੁਹਾਨੂੰ ਪ੍ਰੈਫਰ ਕਰਦੇ ਵਧੀਆ, ਉਹ 80% ਚਾਂਸ ਹੁੰਦੇ ਤੁਹਾਨੂੰ ਜੋਬ ਲੱਭ ਹੀ ਦਿੰਦੇ ਆ। ਪਰ ਯਾਦ ਰੱਖੋ ਉਹਨਾਂ ਦਾ ਕਮਿਸ਼ਨ ਹੁੰਦਾ ਤੁਹਾਡੀ ਸੈਲਰੀ ਦੇ ਵਿੱਚੋਂ, ਤੁਹਾਡੇ ਕੋਲ ਨਹੀਂ ਲੈਂਦੇ, ਸਿੱਧੇ ਤੁਹਾਡੇ ਇੰਪਲਾਇਰ ਕੋਲੋਂ ਲੈਂਦੇ ਆ। ਪਰ ਫਿਰ ਵੀ ਇਨੀਸ਼ੀਅਲ ਦੇ ਸਟਾਰਟਿੰਗ ਦੇ ਵਿੱਚ ਜੋਬ ਮਿਲ ਜਾਏਗੀ ਤਾਂ ਬਹੁਤ ਵਧੀਆ, ਕੋਈ ਮਾੜੀ ਗੱਲ ਨਹੀਂ। ਉਹਨਾਂ ਦਾ ਐਡਰੈਸ ਨੋਟ ਕਰ ਲਓ 394 ਗ੍ਰਹਮ ਐਵੀਨਿਊ, 394 ਗ੍ਰਹਮ GRAHAM ਗ੍ਰਹਮ ਐਵੀਨਿਊ। ਅਤੇ ਵੈਬਸਾਈਟ ਹੈਗੀ ਉਹਨਾਂ ਦੀ pinnacle.jobs PINNACLE.JOBS ਜੋਬਸ। ਹਾਂ ਇੱਕ ਹੋਰ ਜ਼ਰੂਰੀ ਗੱਲ ਦੱਸਣੀ ਤੁਹਾਨੂੰ ਮੈਂ, ਜਦੋਂ ਤੁਸੀਂ ਏਅਰਪੋਰਟ 'ਤੇ ਆਉਂਦੇ ਹੋ ਤਾਂ ਤੁਹਾਨੂੰ ਬਰਾਊਚਰਸ, ਕੋਈ ਕਿਤਾਬਾਂ, ਬੁਕਲੈਟਸ ਦਿੰਦੇ ਆ, ਉਹ ਆਪਾਂ ਕਈ ਵਾਰ ਅੱਧੀ ਸਮਝ ਕੇ ਸੁੱਟ ਦਈਦੀਆਂ। ਵਧੀਆ ਜਾਣਕਾਰੀ ਹੁੰਦੀ ਆ, ਉਹ ਨਾਲ ਲੈ ਕੇ ਆਓ, ਉਹਨਾਂ ਨੂੰ ਪੜ੍ਹੋ, ਘਰ ਦੇ ਵਿੱਚ ਆਣ ਕੇ ਨਾ ਤੁਹਾਨੂੰ ਬਹੁਤ ਵਧੀਆ ਮਦਦ ਕਰਦੀਆਂ ਉਹ ਜ਼ਰੂਰ ਲੈ ਕੇ ਪੜ੍ਹੋ। ਅਤੇ ਬਾਕੀ ਹੋਪ ਫੋਰ ਦਾ ਬੈਸਟ, ਗੁੱਡ ਲੱਕ, ਕਰੋ ਮੌਜਾਂ ਜੀ, ਥੈਂਕ ਯੂ।